सत श्री अकाल, तुसी देख रहे हो कल्याण टीवी पंजाब ते मैं हर्षपाल सिंह। गुरद्वारा नानकसर बुंगा जिहड़ा गुरद्वारा साहिब आ उत्थे जिहड़ा विवाद आ ਉਹ ਹਜੇ ਥੰਮਦਾ ਨਜ਼ਰ ਨਹੀਂ ਆ ਰਿਹਾ, ਜਿਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਜਿੱਥੇ SGPC ਮੈਂਬਰਾਂ ਨਾਲ ਗੱਲਬਾਤ ਹੋਈ ਉੱਥੇ BSP ਦੇ ਆਗੂਆਂ ਨਾਲ ਅਤੇ ਕਿਰਨਜੀਤ ਸਿੰਘ ਗਹਿਰੀ ਜਿਹੜੇ ਦਲਿਤ ਆਗੂ ਮੰਨੇ ਜਾਂਦੇ ਨੇ ਭਾਵੇਂ ਕਿ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਉਹਨਾਂ ਨਾਲ ਵੀ ਮੀਟਿੰਗ ਕਾਫੀ ਘੰਟਿਆਂ ਵੱਧੀ ਮੀਟਿੰਗ ਚੱਲੀ ਭਾਵੇਂ ਕਿ ਹਜੇ ਕੋਈ ਵੀ ਸਿੱਟਾ ਨਹੀਂ ਨਿਕਲਿਆ। ਉਧਰ ਪਾਸੇ BSP ਦੇ ਆਗੂਆਂ ਨੇ ਦੋਸ਼ ਲਾਇਆ ਕਿ ਪਿਛਲੇ 100 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਸੀ ਗੁਰਦੁਆਰੇ 'ਚ ਕਾਬਜਾਂ, ਗੁਰਦੁਆਰਾ ਰਵਿਦਾਸ ਜੀ ਦਾ ਵੀ ਆ, ਗੁਰਦੁਆਰਾ ਬਾਬਾ ਵੀਰ ਸਿੰਘ ਧੀਰ ਸਿੰਘ ਜੀ ਦਾ ਵੀ, ਉਸ 'ਤੇ ਅਸੀਂ ਕਾਬਜਾਂ, ਪਰ SGPC ਵੱਲੋਂ ਉਸ ਧੱਕੇ ਨਾਲ ਉਸ 'ਤੇ ਕਬਜ਼ਾ ਕੀਤਾ ਜਾ ਰਿਹਾ। ਉਹ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਗੁਰੂਆਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਜਿਹੜੇ ਉਹਨਾਂ ਦੇ ਨਾਲ, ਚਾਹੇ ਸਿੰਘ ਸੀ ਚਾਹੇ ਉਹ SC ਸੀ, ਉਹਨਾਂ ਨੂੰ ਜਿਹੜਾ ਕਦੇ ਵੀ ਵਿਤਕਰਾ ਨਹੀਂ ਕੀਤਾ ਗਿਆ। ਪਰ ਜਿਹੜੀ ਹੁਣ ਮੌਜੂਦਾ SGPC ਦੇ ਅਧਿਕਾਰੀ ਨੇ ਜਾਂ ਜਿਹੜੇ ਮੈਂਬਰ ਨੇ ਉਹ ਜਾਣ ਬੁੱਝ ਕੇ ਉਹ ਧੱਕਾ ਕਰਦੇ ਨੇ। ਦੂਸਰੇ ਪਾਸੇ ਜਦੋਂ SGPC ਮੈਂਬਰਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਕੋਰਟ ਦੇ ਸਾਡੇ ਕੋਲ ਆਰਡਰ ਨੇ ਅਤੇ ਕੋਰਟ ਦੇ ਆਰਡਰਾਂ ਕਰਕੇ ਇਹ ਸਾਡੇ ਕੋਲ ਜਿਹੜਾ ਅਸੀਂ ਕਬਜ਼ਾ ਲੈਣਾ ਸੀਗਾ। ਪਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਹਾਡੇ ਕੋਲ ਜਿਹੜੇ ਤੁਸੀਂ ਹਥਿਆਰ ਲੈ ਕੇ ਗਏ ਨੇ ਜਾਂ ਮੂੰਹ ਬੰਨ ਕੇ ਜਿਹੜੇ ਗਏ ਨੇ, ਜਿਹੜੀਆਂ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ, ਵੀ ਉਹਦੇ 'ਤੇ ਕੀ ਕਹਿਣਾ ਚਾਹੁੰਦੇ? ਉਹਨਾਂ ਨੇ ਕਿਹਾ ਕਿ ਅਸੀਂ ਕੋਈ ਹਥਿਆਰ ਨਹੀਂ ਲੈ ਕੇ ਗਏ ਜਾਂ ਕਿਸੇ ਨੇ ਮੂੰਹ ਹੋ ਸਕਦਾ ਵੈਸੇ ਟੱਕਿਆ ਹੋਏ। ਜਿਸ ਨੂੰ ਲੈ ਕੇ ਅੱਜ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ, ਡਿਪਟੀ ਕਮਿਸ਼ਨਰ ਬਠਿੰਡਾ ਨੇ ਇਸ ਮਾਮਲੇ 'ਚ ਕੀ ਕਿਹਾ, BSP ਆਗੂਆਂ ਦੇ ਅਤੇ SGPC ਮੈਂਬਰਾਂ ਨੇ ਕੀ ਕਿਹਾ ਇਸ ਮਾਮਲੇ ਵਿੱਚ, ਤੁਹਾਨੂੰ ਸੁਣਾਉਂਦੇ ਹਾਂ। ਮੈਂ ਕੁਲਦੀਪ ਸਿੰਘ ਸਰਦੂਲਗੜ੍ਹ ਜੀ, ਜਨਰਲ ਸੈਕਟਰੀ BSP ਪੰਜਾਬ। ਅੱਜ ਜਿਹੜਾ ਪਿਛਲੀ ਦਿਨੀ 12 ਤਰੀਕ ਨੂੰ ਇੱਕ ਘਟਨਾ ਘਟੀ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਿਨਾਂ ਪ੍ਰਸ਼ਾਸਨ ਲਏ ਗੁਰਦੁਆਰੇ 'ਤੇ ਕਬਜ਼ਾ ਕਰਨ ਵਾਸਤੇ ਕਾਫੀ ਵੱਡੇ ਪੱਧਰ 'ਤੇ ਲੋਕਾਂ ਨੂੰ ਇਕੱਠੇ ਕਰਕੇ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਅਸੀਂ ਇੱਥੇ ਸਮਾਜ ਨੇ ਵੱਡੇ ਪੱਧਰ 'ਤੇ ਵਿਰੋਧ ਕੀਤਾ ਸੀ। ਉਸ ਤੋਂ ਬਾਅਦ ਮਾਣਯੋਗ SSP ਸਾਹਿਬ, ਮਾਣਯੋਗ DC ਸਾਹਿਬ ਨੇ ਅੱਜ ਸਾਨੂੰ ਟੇਬਲ 'ਤੇ ਇਕੱਠੇ ਕੀਤਾ, ਬਿਠਾਇਆ। ਬੜਾ ਪ੍ਰਸ਼ਾਸਨ ਇਸ ਮਸਲੇ 'ਤੇ ਗੰਭੀਰ ਆ ਕਿ ਦੋਨਾਂ ਧਿਰਾਂ ਨੂੰ ਟੇਬਲ 'ਤੇ ਬਿਠਾ ਕੇ ਇਸ ਮਸਲੇ ਦਾ ਕੋਈ ਹੱਲ ਕੱਢਿਆ ਜਾਵੇ, ਕਿਉਂਕਿ 100 ਸਾਲ ਤੋਂ ਵੱਧ ਸਮੇਂ ਦਾ ਸਾਡਾ ਉੱਥੇ ਕਬਜ਼ਾ। ਬਾਬਾ ਵੀਰ ਸਿੰਘ ਧੀਰ ਸਿੰਘ ਦਾ ਗੁਰੂ ਘਰ ਅੱਡਾ, ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਗੁਰੂ ਘਰ ਅੱਡਾ। ਉਸ ਗੁਰੂ ਘਰ ਨੂੰ ਕਹਿੰਦੇ ਨੇ, ਕਮੇਟੀ ਵਾਲੇ ਦੱਸਦੇ ਨੇ ਵੀ 2011 ਦੇ ਵਿੱਚ ਅਸੀਂ ਇੱਕ ਕੇਸ ਕੀਤਾ ਸੀ ਅਤੇ ਉਹ ਜਿਹੜਾ ਸਾਡੇ ਹੱਕ ਦੇ ਵਿੱਚ ਹੋਇਆ ਸੀ, ਤਾਂ ਇਸ ਕਰਕੇ ਜਗ੍ਹਾ ਸਾਨੂੰ ਛੱਡੀ ਜਾਵੇ। ਸਾਡਾ ਕਹਿਣਾ ਇਹ ਆ ਕਿ ਪਿਛਲੇ ਸਮੇਂ ਦੇ ਵਿੱਚ ਰਾਜਾ ਸਿੰਜਾਦਪੁਰੀ ਆ ਰਿਆਸਤ ਸੀ, ਉਹਨਾਂ ਨੇ ਸਾਨੂੰ ਬਾਬਾ ਵੀਰ ਸਿੰਘ ਧੀਰ ਸਿੰਘ ਅਤੇ ਸਤਿਗੁਰ ਰਵਿਦਾਸ ਮਹਾਰਾਜ ਗੁਰੂ ਘਰ ਨੂੰ ਜਗ੍ਹਾ ਦਿੱਤੀ ਸੀ ਅਤੇ ਉਹ ਜਗ੍ਹਾ 'ਤੇ ਅਸੀਂ ਉਸ ਸਮੇਂ ਤੋਂ ਕਾਬਜ਼ਾਂ। ਸਾਡੀ ਜਗ੍ਹਾ ਸਾਡੇ ਕੋਲ ਰਹਿਣੀ ਚਾਹੀਦੀ ਆ। ਲੋਕ ਸਤਿਗੁਰ ਰਵਿਦਾਸ ਮਹਾਰਾਜ 'ਚ ਬੜੀ ਆਸਥਾ ਜੁੜੀ ਹੋਈ ਹੈ, ਅਸੀਂ ਹਰ ਸਾਲ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਉੱਥੇ ਗੁਰਪੁਰਬ ਮਨਾਉਂਦੇ ਹਾਂ। ਪਰ ਕੁਛ ਪ੍ਰਸ਼ਾਸਨ ਹੁਣ ਬੜਾ ਗੰਭੀਰ ਹੋਇਆ ਇਸ ਮਸਲੇ ਨੂੰ ਹੱਲ ਕਰਾਉਣ ਵਾਸਤੇ, ਲੱਗਦਾ ਕੋਈ ਹੱਲ ਜਲਦੀ ਨਿਕਲ ਕੇ ਆਵੇ। ਪਰ SGPC ਤਾਂ ਕਹਿੰਦੇ ਆ ਕਿ 2018 ਦੇ ਵਿੱਚ ਇਹ ਫੈਸਲਾ ਸਾਡੇ ਹੱਕ 'ਚ ਹੋ ਗਿਆ ਸੀ ਹਾਈ ਕੋਰਟ ਵੱਲੋਂ, ਤਾਂ ਅਸੀਂ ਤਾਂ ਉਸਦੇ ਆਧਾਰ ਦੇ ਉੱਤੇ ਜਿਹੜਾ ਕਾਰਵਾਈ ਸ਼ੁਰੂ ਕੀਤੀ ਹੈ। ਹਾਈ ਕੋਰਟ ਦੇ ਵਿੱਚ ਜੇਕਰ ਕੋਈ ਇਸ ਤਰ੍ਹਾਂ ਦਾ ਹੋਇਆ, ਮੈਂ ਮੰਨਦਾਗਾ ਵੀ ਅਸੀਂ ਇੰਨੀ ਲੜਾਈ ਨਹੀਂ ਲੜ ਸਕੇ, ਅਸੀਂ ਕੋਰਟਾਂ ਦੇ ਵਿੱਚ ਸਾਡੇ ਬੰਦੇ ਨਹੀਂ ਜਾ ਸਕੇ। ਅਸੀਂ 100 ਸਾਲ ਤੋਂ ਉਸ ਜਗ੍ਹਾ ਦੇ ਉੱਤੇ ਕਾਬਜ਼ਾਂ, 100 ਸਾਲ ਤੋਂ ਅਸੀਂ ਬੈਠੇ ਹਾਂ, 100 ਸਾਲ ਤੋਂ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਮਨਾਇਆ ਜਾਂਦਾ। ਇਸ ਕਰਕੇ ਅਸੀਂ ਰਲ ਮਿਲ ਕੇ ਮਸਲਾ ਹੱਲ ਕਰਨਾ ਚਾਹੁੰਦੇ ਹਾਂ, ਵੀ ਰਲ ਮਿਲ ਕੇ ਮਸਲਾ ਹੱਲ ਹੋ ਜੇ ਅੱਜ ਮੀਟਿੰਗ। ਜੇ ਜਿਹੜੀ ਗੱਲ ਤੁਸੀਂ ਕਰਦੇ ਹੋ ਵੀ ਕੋਰਟ ਦਾ, ਤਾਂ ਫਿਰ ਪ੍ਰਸ਼ਾਸਨ ਬੈਠਿਆ, ਪ੍ਰਸ਼ਾਸਨ ਨਾਲ ਕਬਜ਼ਾ ਲੈਣਾ ਸੀ, ਇਹ ਥੋੜ੍ਹੀ ਹੈ। ਇਹ ਤੁਹਾਨੂੰ ਕਿਹਨੇ ਹੱਕ ਦਿੱਤਾ ਵੀ ਤੁਸੀਂ ਜੇ ਤੁਹਾਡੇ ਕੋਲ ਕੋਰਟ ਦਾ ਮਤਲਬ ਕਿ ਕੋਈ ਫੈਸਲਾ ਆਵੇ ਤੁਸੀਂ ਖੁਦ ਹੀ ਉਹਨੂੰ ਲਾਗੂ ਕਰਾਉਂਗੇ, ਉਹਦੇ ਵਾਸਤੇ ਪ੍ਰਸ਼ਾਸਨ ਬੈਠਿਆ। ਅੱਜ ਦੀ ਮੀਟਿੰਗ ਦੇ ਕੀ ਸਿੱਟਾ ਨਿਕਲਿਆ? ਅੱਜ ਦੀ ਮੀਟਿੰਗ ਦੇ ਵਿੱਚ ਬੜਾ ਗੱਲ ਕੁਛ ਨਜ਼ਦੀਕ ਵੀ ਲੱਗੀ ਆ, ਪ੍ਰਸ਼ਾਸਨ ਬੜਾ ਗੰਭੀਰ ਆ, ਲੱਗਦਾ ਕੋਈ ਮਸਲਾ ਹੱਲ ਨਿਕਲੂਗਾ। ਜੇ ਨਾ ਨਿਕਲੇਗਾ ਤਾਂ ਸਾਡੇ ਕੋਲ ਤਾਂ ਇਕੱਲਾ ਸੰਘਰਸ਼ ਆ। ਅਸੀਂ ਸਤਿਗੁਰ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਵੀਰ ਸਿੰਘ ਦੀ ਧੀਰ ਸਿੰਘ ਜੀ ਦੇ ਸਨਮਾਨ ਦੇ ਵਿੱਚ ਹਮੇਸ਼ਾ ਸੰਘਰਸ਼ ਕਰਦੇ ਰਹਾਂਗੇ। ਸਾਡੀ ਬੇਨਤੀ ਹੈ, ਗੁਰੂ ਨੇ ਤਾਂ ਸਾਡੇ ਲਈ ਵੰਸ਼ ਵਾਰਿਆ, ਗੁਰੂ ਨੇ ਤਾਂ ਸਭ ਕੁਛ ਸਾਡੇ ਉੱਤੋਂ ਦੀ ਵਾਰਿਆ। ਗੁਰੂ ਨੇ ਤਾਂ ਕਿਹਾ, ਇਨ ਗਰੀਬਨ ਸਿਕਨ ਕੋ ਦੂਮ ਪਾਤਸ਼ਾਹੀ ਯਾਦ ਕਰੇ ਹਮਰੀ ਗ੍ਰਿਆਈ। ਫਿਰ ਗੁਰੂ ਨੇ ਤਾਂ ਮਾਨਸ ਕੇ ਜਾਤ ਸਭੇ ਇੱਕ ਪਛਾਣੂ ਦੀ ਵੀ ਗੱਲ ਕੀਤੀ, ਗੁਰੂ ਨੇ ਤਾਂ ਵੰਸ਼ ਵਾਰਿਆ। ਅਤੇ ਜੇ ਕਮੇਟੀ ਨੇ ਪਹਿਲੀ ਗੱਲ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰੇ 'ਤੇ ਕੇਸ ਕੀਤਾ ਕਿਉਂ, ਹੁਣ ਗੁਰੂ ਨਹੀਂ ਮੰਨਦੇ? 40 ਸ਼ਬਦ ਪਾਕ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਦਰਜ ਨੇ। ਇਸ ਕਰਕੇ ਸਾਡਾ ਉਹ ਰਹਿਬਰ ਨੇ, ਸਾਡੇ ਉਹ ਗੁਰੂ ਨੇ, ਕੌਮ ਦੇ ਗੁਰੂ ਨੇ। ਰਵਿਦਾਸ ਜੀ ਨੇ ਬੇਗਮਪੁਰੇ ਦੀ ਗੱਲ ਕੀਤੀ, ਸਤਿਗੁਰ ਜੀ ਨੇ, ਉਹ ਕਿਸੇ ਇੱਕ ਬਰਾਦਰੀ ਦੇ ਨਹੀਂ, ਪਰ ਜਾਣ ਬੁੱਝ ਕੇ ਕੁਛ ਅੱਜ ਵੀ ਭਗਤ ਭਗਤ ਭਗਤ। ਇਸ ਕਰਕੇ ਸਤਿਗੁਰ ਜਿਹੜੇ
दशमेश पिता ने कहा सब सिकन को हुक्म है असी सुनते हैं कि गुरु मान्यो ग्रंथ जदों असी ग्रंथ नूं गुरु मान लिया उहदे 36 गुरु बैठे ने जिन्हां दी बाणी आ तो ऐटोमैटिक ही साडे गुरु बन गए। ते इस करके साडी इह मंग आ प्रशासन तों भी निम्रता सहित कि साडे गुरु घर नूं सतो ना खोया जाए। गुरु घर कोई भी आ सकता पर असीं अनुशासन च रह के शांतमई रह के कोई भी किसी तरह मतलब कि कानून हाथ दे विच लेके नहीं असीं अनुशासन दे विच रह के सतगुर रविदास महाराज जी दे गुरु घर दे आवाज़ नूं बुलंद करते रहेंगे। 100 साल समय तो वध बीत एक पासे सुप्रीम कोर्ट यह भी कहते हैं जिहड़े 12 साल तो एक जगह दे विच बैठे ने उन्हां दी जजमेंट आ वे उह जगह दे उह मालक ने असीं 100 साल तो बैठे हाँ साडे नाल इह क्यों धक्का कीता जा रहा। 1946 दे नींह पत्थर लगे हुए ने साडे गुरु घर दे विच 1900 नानक सर बुंगा रमदासिया सिंघा बरादरी भाईचारे दा नाम पा के सानू लगता भी सानू किते ना किते जाति पाति दा शिकार किया जा रहा। इस करके साडी प्रशासन तो सरकार तो श्रोमणी गुरुद्वारा प्रबंधक कमेटी धामी साहब तो मंग आ कि साडे समाज नाल मजहबी सिख भाईचारा बाबा वीर सिंह धीर सिंह सतगुरु रविदास महाराज रमदासिया भाईचारे नाल धक्का ना किया जाए। साढ़े सानू सपोर्ट की करनी सी फिर सानू अक्सर असी देखा जाता भी वह दूसरे धर्मों चले जाते हैं ईसाई बन गए फलाना बन गए जे इस तरह साढ़े तो गुरु घर खोए जाएंगे क्योंकि असी हर साल उत्थे सतगुर जी का गुरपुरब मनाने इस करके साढ़े लिए जरूरी है साढ़े समाज लिए जरूरी है। यह बेनती है साडी सरकार प्रशासन श्रोमणी गुरुद्वारा प्रबंधक कमेटी तो वह साडे गुरु घर नाल छेड़छाड़ जमीन के उत्ते कब्जा ना किया जाए। धन्यवाद। वाहिगुरू जी का खालसा वाहिगुरू जी की फतेह। मेरा नाम मोहन सिंह बंगी मैंबर श्रोमणी गुरुद्वारा प्रबंधक कमेटी हलका तलवंडी साहबो। जो पिछले कई काफ़ी दिनों तो विवाद चल रहा है बुंगा नानक सर और श्रोमणी गुरुद्वारा प्रबंधक कमेटी के विचकार उस दे विच मानयोग DC साहब SSP साहब तो होर सत्कारयोग अफसर साहबाना ने दोनों धिरां की मीटिंग बुलाई सी किसी तरह इसका सांझा हल निकल सके। सो आस बजी आ कि सांझा हल निकल जूगा। सो फैसला होना हजे बाकी आ जो कि असी विस्तार दे विच तुहानू बाद दे विच दसांगे। एक बार DC साहब SSP साहब और प्रशासन के उच्च अधिकारी उत्थे विजिट करनगे विजिट करके वो जगह का मौका देख के उस तो बाद दोनों तरह की सहमति नाल जो फैसला लिया जाऊगा वो आप दे ध्यान लेता चाहूँगा। सर की होया जी असले समय तो उत्थे जाना पै गया कब्जा लेना पै नहीं असले समय तो नहीं कोई गया कब्जा भी नहीं लिया गया जो 15 कनाल 14 मरलों का जो केस चलिया श्रोमणी गुरुद्वारा प्रबंधक कमेटी का बुंगा नानक सर का उस जगह के बच्चे तक किसी ने एंटर नहीं किया हाले तक वो जगह ऑलरेडी जी असं पहला बाहर रहे थे उही जमीन असी बाही आ। सो उस तो एक्सट्रा कोई भी जमीन नहीं बाही 15 कनाल 14 मरलों का मौका हाले DC साहब देख के आने उस तो बाद असी फैसला जे असी 15 कनाल 14 मरलों का जिस दिन कब्जा लवेंगे जे साडा समझौता नहीं होगा असी पुलिस मदद नाल ही लवेंगे। असी तो ऑलरेडी जिहड़ा पहला असी वाह रहे थे असी ठेके ते वाहन दे रहे थे जमीन दे रहे थे वह वाही आ 15 कनाल 14 मरले तो जिद्दे वाहेंगे उद्दे ज्यादा प्रशासन की मदद कर लवेंगे नहीं तो समझौते तहत लवेंगे। उही तो है ना जी जे 100 साल का जां घट टाइम का कब्जा किसी कोले सीगा तां ही श्रोमणी गुरुद्वारा प्रबंधक कमेटी नूं अदालत जाना पिया वख वख अदालतों के पिछों केस जिते श्रोमणी गुरुद्वारा प्रबंधक कमेटी इस करके तो झगड़े पए ना जे किसी का नजायज कब्जा सीगा ਤਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਦੇ ਹੱਕ ਦੇ ਵਿੱਚ ਝਗੜ ਕੇ ਕੇਸ ਕਰਵਾਇਆ। ਤੁਸੀਂ ਕਹਿੰਦੇ ਜੀ 14 ਕਨਾਲਾਂ ਵਾਸਤੇ ਅਸੀਂ ਉੱਥੇ ਗਏ ਸੀ ਜੀ 14 ਕਨਾਲਾਂ ਸੋਡੇ ਕੋਲ ਹੀ ਸੀ ਫਿਰ ਅਸਲੇ ਲੈ ਕੇ ਕਿਉਂ ਗਏ ਜੀ? ਨਹੀਂ ਜੀ ਨਹੀਂ 14 ਕਨਾਲਾਂ 15 ਕਨਾਲਾਂ 14 ਮਰਲੇ ਜਿਹੜੀ ਜਗ੍ਹਾ ਤੇ ਨਜਾਇਜ਼ ਕਾਬਜ਼ ਨਾ ਉਹਦੇ ਵਿੱਚ ਨਹੀਂ ਅਸੀਂ ਹਲੇ ਵੀ ਵੜੇ। ਫਿਰ ਅਸਲੇ ਲੈਣ ਦੀ ਕੀ ਲੋੜ ਪਈ ਸੀ ਜਦੋਂ ਉਹਦੇ ਤੇ ਕਬਜ਼ਾ ਨਹੀਂ ਹੋਇਆ ਆਪਾਂ ਕਰਨਾ ਨਹੀਂ ਕੋਈ ਅਸਲਾ ਨਹੀਂ ਲੈ ਕੇ ਗਿਆ ਜੀ ਅਸੀਂ ਆਪਦੀ ਨਹੀਂ ਅਸੀਂ ਆਪਦੀ ਕੋਈ ਪ੍ਰਾਈਵੇਟ ਬੰਦਾ ਲੈ ਗਿਆ ਹੋਊਗਾ ਕੋਈ ਗੱਲ ਨਹੀਂ ਪਰ ਇਹਨਾਂ ਦੇ ਬੰਦੇ ਫੜ ਗਏ ਜੀ ਮੂੰਹ ਵੈਸੇ ਬਣ ਲੈਂਦੇ ਜੀ ਗਰਦ ਉੱਠਦੀ ਉੱਥੇ ਟਰੈਕਟਰ ਬੰਬ ਬਣ
मेरी हैगी जी, मैं आप श्रोमणी गुरुद्वारा प्रबंधक कमेटी का एग्जीक्यूटिव का मैंबर हाँ। और श्रोमणी गुरुद्वारा प्रबंधक कमेटी जो लंबे समय तो जमीन बाह रही है, वो जमीन असं बाह रहे को खड़ा मैं मेरे नाल कोई असले वाला है नहीं मेरे नाल कोई हूँ तो प्रशासन ने मौका देखना जी, उस तो बाद दोबारे फिर दोनों धिर की मीटिंग बुला हजे तक कोई फैसला नहीं। नहीं इन्हों के कहने नाल नहीं कोई कोई भी जाऊगा। श्रोमणी गुरुद्वारा प्रबंधक कमेटी इनू सियासी रंगत दिती जा रही है जी, जो केस साढ़े नाल श्रोमणी गुरुद्वारा प्रबंधक कमेटी नाल 23 साल चलिया वक् वक् कोर्टा दे विच, वो बुंगा नानकसर बनाम श्रोमणी गुरुद्वारा प्रबंधक कमेटी के नाते चलिया, अज उन्हों गुरु रविदास भगत के नाल जोड़िया जा रहा है और जातिवाद नाल जोड़िया जा रहा और वख वख सियासी रो लोग आपदी रोटियां सेकन पहुँच रहे हैं। उत्थे मैंने पता लग्या हुण भी चन्नी साहब आ रहे हैं, पर इहोजिहा माहौल असीं कहिंदे वी गुरु घर दे विच चंगा नहीं। ये चोण दा मैदान आ, भखदे रहिंदे ने उत्थे जाके ये सियासी पार्टियां। श्रोमणी कमेटी ने नहीं चुकिया, श्रोमणी कमेटी नूं मीडिया राहीं मनाया जांदा, टारगेट किया जाता श्रोमणी गुरुद्वारा प्रबंधक कमेटी को, मीडिया ने बड़ा उछालिया गया जो कि नजायज़ आ। सातों तुम फैसले दिया कापियां लो, वो जागृत करो, लोगों तक पहुँचाओ, फिर पता लगू कौन सही है कौन गलत आ। सानू की पता असला लेके मूँह बजे से किसी कौन तुम पता करो नहीं साढ़े बाण के जो कोई बढ़ूगा तो अभी शिकायत करा। तो ये मामला मैं लगता सारिया के नोटिस पहला भी है कि इतने लगभग 15 कनाल 14 मरले जमीन हैगी है, जिदा कि केस चलिया एस जी पी सी एक दूजा धिर जो है रविदासिया जो खुद को कहते हैं कि आप रविदासिया कमेटी के जोड़े है मैंबर है, तो उन्होंने विचार जो है एक केस चलिया, वो केस फाइनली हाईकोर्ट लैवल से सैटल होने उपरंत वह फैसला जो है एस जी पी सी के हक में होया है 2018। उस तो बाद जो है वो इतने ए डी सी साहब ने पोजिशन देन का कब्जा वारंट जो है वो इशू किया होया है 2018, पर उस तो बाद हाले तक यद पोजिशन डिलीवर नहीं करवाया गया। तो इन्हों का यह कहना है कि एस जी पी सी वालों खुद अपने पद्धर से कब्जा लैन की कुछ दिन पहला जो है वो कोशिश की गई, तो भी डिफरेंट पक्ष हैगी है क्योंकि वो कुछ लैंड जी है वो एस जी पी सी की ओनरशिप के पोजिशन है जो कुछ एग्रीकल्चर वाला पार्ट है, ये जरा गुरुद्वारा साहब वाला पार्ट है ये सैपरेट है उस लैंड तो वह एक कहें कि एग्रीकल्चर जमीन इन्होंने उत्तर जोड़ा है जान बूझ करके उ जाके कब्जा करने की कोशिश की। तो वी आर ट्राइंग कि आप दोनों के जोड़े इन्हों के मैन मुद्दे ने उन्होंने दोनों बिठा के समझ की कोशिश की, तो कोशिश ये कर रहे हैं कि किसी तरीके आपस में क्योंकि है बेसिकली सिंगल कम्यूनिटी है सारे जोड़ा है सिख धर्म के ही है, तो दोनों दे आपस में भी बिल्कुल चंगे तरीके अच्छे तरीके इन्होंने दोनों ने एक दूजे गल भी की, अपने इशूज़ भी रेज़ किए, तो कुछ हद तक थोड़ा जहाँ आप आगे बढ़े हाँ, तो कल एक बार फिर दोबारा आप जोड़ा है एक बार साइट पर देख के भी उस तो बाद जोड़ा है कुछ आगे इसका कुछ जोड़े थोड़े से इशू से वायरन आउट हो गए, उस तो बाद जोड़ा है किसी हद तक सहमति हुई है किसी हद पर, अभी सारा डिटेल जोड़ा है आप कोई धार्मिक इशू नहीं है, जो आप करिए इशू जरा है एक जो रंगत देने की कोशिश की जा रही है कि एक धर्म के ही दो दड्डे बना के वो बनाने की कोशिश की जा रही है, यदि बिल्कुल कोई लेना देना नहीं है, इशू मैनेजमेंट का है कि जे सपोज उ रविदासिया जी गुरु रविदास जी का गुरुद्वारा साहब भी है जे उ वो चलना भी है तो फिर वो मैनेजमेंट कौन करेगा, इशू वो है, इशू ये नहीं है कि उ गुरु रविदास महाराज जी का गुरुद्वारा साहब होना चाहिए या नहीं। तो सब तो पहला जोड़ा है मैं ये लगता है कि पब्लिक में भी इस चीज़ को पहले समझना चाहिए है कि आप ये नहीं है कि कोई भी सैल्फ स्टाइल का कोई बंदा तो ये नहीं कह सकता मैं 100 साल तो मैं जो किसी दूजे की थान पर एक सोसाइटी बना के वो थान पर जोड़ा है उन्होंने मैनेज करना शुरू कर दवा तो फिर तो प्रॉब्लम वही आएगी, हर कोई बंद व्यक्ति जोड़ा है यही करेगा,
जो कोर्ट ये कहती है कि यदि मालकी इन्हों की हैगी है तो फिर आस्था जिथे तक दी है आस्था नू बरकरार रखना बनता है जे किसी व्यक्ति की उस थान पर आस्था हैगी है कि वह उ मत्था टेकता है या फिर वो पूजा के लिए जाता है तो वो आस्था जी है वो बरकरार रहनी चाहिए है। जिथे तक मैनेजमेंट का इशू है वो आप डिस्कशन कर रहे हैं कि वो किमें बैठक हो सकता है की करना चाहिए वो कल दोनों धिर की सहमति के नाल किसी हद तक आप पहुँचने की कोशिश करा तो बाकी सारियां बेनती यही होगी कि इनू किसी तरीके नाल ना तो पोलिटिसाइज किया जाए ना इस तरीके रिलीजन के नाल डायरैक्टली जोड़िया जाए क्योंकि मैंने ये लगता है कि ये मैनेजमेंट का इशू है रिलीजन का इशू नहीं है।